Mashallah, la hawla wa la quwwata illa billah la aliyya la azim. Bismillahir Rahmanir Rahim. As-salatu was-salamu ala Rasulil Karim Abil Qasim Muhammad وعلى آله الطيبين الطاهرين المعصومين أما بعد فقد قال الله تعالى في القرآن الكريم بسم الله الرحمن الرحيم إنما يريد الله ليذهب عنكم الرجس أهل البيت ويطهركم تطهيرا صلوات سادات و مومنین میرے تو پہلے میرے عزیز نے حدیث قصہ بڑے سونے اور بڑے احسن انداز وچ تلاوت فرمائی میں مختصر سارا نہیں تے مختصر دیاں او دا ترجمہ گزارش کر کے تے وقت اجازت دا طالباں ویسے اج کل ساڈے کنا لوگاں نے حدیث قصہ دی بھی مخالفت شروع کر دیتی ہے اور زیارت عاشورہ دی بھی زیارت عاشورہ جڑی امام علیہ السلام کولو منقول ہے معصوم کولو منقول ہے اور حدیث قصہ اے بھی سند نال ہے اور ایسا عظیم صحابی اس حدیث قصہ دا راوی ہے جہن دے اوتے شک کرنا بھی گناہ کبیرہ ہے حضرت جابر ابن عبداللہ انصاری اے او عظیم صحابی ہے کہ جہن پاک رسول دی زیارت کیتی ہے مولا علی دی زیارت کیتی ہے امام حسن دی زیارت کیتی امام حسین دی زیارت کیتی پھر امام علی زین العابدین دی زیارت کیتی پھر امام محمد باقر دی زیارت جیڑے تواڈے تے میرے پنجویں امام تے چھویں معصوم پنجواں امام اور چھواں معصوم جیڑے انہاں دی زیارت کیتی سی تے پوچھے آئے سی بے تساں محمد باقر ہو سرکار فرمائے ہاں اس ویلے اندی دید کمزور ہو گئی ہے تو اس ویلے اس مولا امام باقر دا منہ ہی چومیا پیشان بھی چومی تے جد آقا دا سلام بھی پہنچایا تے نال آکے اس پہ ہن میری زندگی دی اخیر ہے کیونکہ میں نو پاک رسول فرمایا ہے کہ معصومین وچوں میرے بعد جلے میرا ہم نام معصوم تے کو مل سی اس ویلے تیری زندگی دی آخر ہو سی تو جڑا پانچ اماماں دا صحابی ہوئے تے چھے معصومین دا صحابی ہوئے بھلا اندھی کسے گل تے کو شک کر سکتا ہے اس حدیث کے ساتھ اے جابر راوی
ਇਹ ਜਾਬਿਰ ਰਾਵੀ ਹੈ ਅਤੇ ਮੈਂ ਅੱਧ ਵਿੱਚ ਜੁਮਲਾ ਸ਼ੁਰੂ ਕਰ ਰਿਹਾ, ਮੁਕੰਮਲ ਨਹੀਂ, ਬਸ 2 ਘੰਟੇ ਲੱਗ ਗਏ ਸਨ ਅਤੇ ਪੜ੍ਹਨ ਵਾਲੇ ਕਾਫੀ ਹਨ ਅਤੇ ਸਾਰਿਆਂ ਦੇ ਹੱਕ 'ਚ ਦੁਆ ਫਰਮਾਇਸ਼ੋ ਮੌਲਾ, ਸੁਣਨ ਵਾਲਿਆਂ ਨੂੰ ਮੌਲਾ, ਪੜ੍ਹਨ ਵਾਲਿਆਂ ਨੂੰ ਮੌਲਾ, ਮਜਲਿਸ ਕਰਾਵਣ ਵਾਲਿਆਂ ਨੂੰ ਮਹਿਫੂਜ਼ ਔਰ ਮਾਮੂਲ ਰੱਖੇ। ਸਾਢੇ 3 ਘੰਟੇ ਦਰਬਾਰ 'ਚ ਖੜੀ ਰਹੀਏ, ਇਨਹਿਦਾਮੇ ਜੰਨਤੁਲ ਬਕੀ ਦੇ ਅਯਾਮ 1925 ਵਿੱਚ ਆਪ ਗਿਣ ਲਓ ਕਿਤਨੇ ਸਾਲ ਬਣਦੇ ਨੇ। 1925 ਵਿੱਚ ਆਲ ਸਊਦ ਨੇ ਬੀਬੀ ਜ਼ਹਰਾ, ਇਮਾਮ ਹਸਨ, ਇਮਾਮ ਜ਼ੈਨੁਲ ਆਬਦੀਨ, ਇਮਾਮ ਮੁਹੰਮਦ ਬਾਕਿਰ, ਇਮਾਮ ਜਾਫਰ ਸਾਦਿਕ, ਹਜ਼ਰਤ ਅੱਬਾਸ ਦੀ ਮਾਂ ਬੀਬੀ ਉਮੁਲ ਬਨੀਨ ਔਰ ਬਾਕੀ ਖਾਨ ਵਾਦਾ ਅਹਿਲ ਬੈਤ ਔਰ ਅਸਹਾਬਾ ਕਿਰਾਮ ਦੇ ਰੋਜ਼ਿਆਂ ਨੂੰ, ਰੋਜ਼ੇ ਬਣੇ ਹੋਏ ਹਨ ਨਾ 1925 ਤੋਂ ਪਹਿਲੇ, ਅਗਰ ਕੋਈ ਜ਼ਾਇਰੀਨ ਗੈਨ ਮੱਕਾ ਮਦੀਨਾ ਰੋਜ਼ੇ ਹਨ, 1925 ਵਿੱਚ ਇਹਨਾਂ ਦੇ ਉੱਤੇ ਬਿਲਡੋਜ਼ਰ ਚਲਾਇਆ ਔਰ ਕਬਰਾਂ ਮੁਨਹਦਿਮ ਕਰ ਦਿੱਤੀਆਂ ਗਈਆਂ। ਜਿਹੜੇ ਹਾਜੀ ਵਹਿੰਦੇ ਹੋ ਦੇਖ ਹੋ ਅੱਜ ਤੱਕ ਮੁਨਹਦਿਮ, ਅੱਜ ਵੀ ਜੰਨਤੁਲ ਬਕੀ ਵਿੱਚ ਪਾਕ ਬੀਬੀ ਦੀ ਕਬਰ 'ਤੇ 2 ਕਾਲੇ ਪੱਥਰ ਪਏ ਹੋਏ, ਇਮਾਮਾਂ ਦੀਆਂ ਕਬਰਾਂ 'ਤੇ ਇੱਕ ਦੂਰੂ ਪੱਥਰ ਪਏ ਹੋਏ। ਅੱਬਾਸ ਦੀ ਮਾਂ ਉਮੁਲ ਬਨੀਨ, ਅੱਬਾਸ ਦੀ ਮਾਂ ਉਮੁਲ ਬਨੀਨ ਦੀ ਕਬਰ ਦੇ ਉੱਤੇ 2 ਪੱਥਰ ਪਏ। ਇਹਾ ਬੀਬੀ ਜਿਹਦੇ ਕੀਤੇ ਨਬੀ ਜੀਆਂ ਸਰਦਾਰ ਨਬੀ ਉੱਠੀ ਖੜੋਂਦਾ ਹਾਈ, ਹੱਥ ਚੁੰਮਦਾ ਹਾਈ, 3.5 ਘੰਟੇ ਮੁਸਲਮਾਨਾਂ ਦੇ ਦਰਬਾਰ 'ਚ ਤਖ਼ਤ ਦੇ ਸਾਹਮਣੇ ਆਖੋ ਤੇ ਜਾ ਬਿਸ਼ਮਿਲਾ, ਖਚਾ ਖਚ ਲੋਕਾਂ ਨਾਲ ਦਰਬਾਰ ਭਰਿਆ ਹੋਇਆ ਹੈ, ਜਨਾਬ ਫਿਜ਼ਾ ਅਤੇ ਜਨਾਬ ਹਜ਼ਰਤ ਸੁਲੇਮਾਨ ਅਤੇ ਉਮੇ ਐਮਨ ਕਨੀਜ਼ ਖਾਸ ਮੇਰੀ ਸ਼ਹਿਜ਼ਾਦੀ ਦੀ ਉਹ ਅਤੇ ਅਸਮਾ ਬਿਨ ਅਤੇ ਉਮੈਸ, ਇਹਨਾਂ ਇੰਝ ਪਰਦਾ ਬਣਾਇਆ, ਹਸਨ ਅਤੇ ਹੁਸੈਨ ਇਹ ਮਾਂ ਦੇ ਸੱਜੇ ਖੱਬੂ ਦਾਮਨ ਨੱਪੀ ਖੜਿਆ। 3.5 ਘੰਟਿਆਂ ਦੇ ਬਾਅਦ ਉਹਨਾਂ ਪੁੱਛਿਆ ਬਤੂਲ ਕਿਉਂ ਆਈਏ, ਅਤੇ ਮੇਰੀ ਸਹਿਣ ਆ ਦੀ ਇਹ ਬਾਬੇ ਦਾ ਹੱਕ ਮੰਗਣ। 3.5 ਘੰਟੇ ਜਿਹਦੇ ਕਿਤੇ ਨਬੀ 10-10 ਵਾਰੀ ਆਵਿਆ ਅਤੇ ਉੱਠੀ ਖੜੋਂਦਾ, ਕਿਤਨੇ ਘੰਟੇ 3.5 ਘੰਟੇ ਆਵਾਜ਼ਾਂ ਦੇ ਬਤੂਲ, ਜਿਹੜਾ ਤਰਕਾ ਨਬੀ ਛੋੜ ਵੈਂਦੇ ਉਹ ਉਹਨਾਂ ਦਾ ਹੱਕ ਨਹੀਂ ਹੁੰਦਾ। ਬੀਬੀਆਂ ਦੇ ਕੁਰਾਨ ਦੀ ਮੁਖਾਲਫਤ ਨਾ ਕਰੋ। ਆਓ ਬਿਸਮਿਲਲਾ। ਸਾਹਿਬ ਮਿਰਕਾਤੁਲ ਇਕਾਨ ਲਿਖਿਆ 70 ਆਇਤ ਕੁਰਾਨ ਦੀ ਬੀਬੀ ਪੜ੍ਹੀ, ਉਹ ਸੈਯਦ ਗੈਰ ਸੈਯਦ, ਕਿਤਨੇ 70 ਆਇਤ, ਮਗਰ ਕਿਸੇ ਨਹੀਂ ਮਿਲੇ। ਆਖਰੀ ਆਇਤ ਬੀਬੀ ਪੜ੍ਹੀਏ, ਵਾ ਵਾਰਿਸ ਸੁਲੇਮਾਨ ਓ ਦਾਊਦ, ਆ ਕੁਰਾਨ ਪਿਆ ਦੇ ਸੁਲੇਮਾਨ ਦਾਊਦ ਦਾ ਵਾਰਿਸ। ਉਸ ਤੋਂ ਬਾਅਦ ਬੀਬੀ ਗੁੱਸੇ ਦੇ ਲਹਿਜੇ ਵਿੱਚ ਫਰਮਾਏ, ਤੇਰੀ ਧੀ ਤੇਰੇ ਤਰਕੇ ਦੀ ਵਾਰਿਸ ਹੋ ਸਕਦੀ? ਮੈਂ ਆਪਣੇ ਬਾਬੇ ਮੁਹੰਮਦ ਦੇ ਹੱਕ ਦੀ ਵਾਰਿਸ ਨਾ ਹੋ ਸਕਦੀ? ਹੋਵੇ ਸ਼ੀਆ ਤੇ ਮੂੰਹ ਚੋਂ ਹੈ ਨਾ ਨਿਕਲੇ, ਜੁਮਲਾ ਐਸਾ ਆ ਗਿਆ ਉਸ ਵੇਲੇ ਇਹ ਗੁੱਸੇ ਦੇ ਲਹਿਜੇ ਦੇ ਵਿੱਚ ਆਖਦਾ, ਸਾਡੇ ਕੋਲੋਂ ਕੋਈ ਸ਼ੈ ਨਹੀਂ, ਜੇ ਪਿਓ ਦਾ ਹੱਕ ਗਿਣਨਾ ਹੀ ਤਾਂ ਉਹ ਪਿਓ ਦੀ ਕਬਰ ਤੋਂ ਗਿਣ ਗਿਆ। ਵਾਹ ਵਾਹ ਵਾਹ, ਅਲਹਮਦੁਲਿਲਾ। ਮੌਲਾ ਜ਼ਿੰਦਗੀ ਕਰੇ ਕਹਿ ਗਮ ਵਿੱਚ ਨਰੋਂ ਵੀ ਸੈਯਦ ਦੀ ਦੁਆ ਹੀ ਵੀ ਖਤਮ। ਮੈਂ ਲੱਗਦਾ ਵਾ ਆਖਾਂ ਬੇਉ ਪਿਓ ਦੀ ਕਬਰ 'ਤੇ ਆ ਗਈ,
ਤੇ ਕਬਰ ਤੇ ਆ ਕੇ ਝੜ ਪਈ ਤੇ ਕਬਰ ਚੁੰਮਕਿਆ ਤੇ ਬਾਬਾ ਖਾਲੀ ਵੱਲੀ ਵਹਿੰਦੀ। ਹੋ ਸਕਦਾ ਨਬੀ ਆਖੇ ਤੇ ਬੀਬੀ ਆਖੇ ਤੇ ਨਬੀ ਜਵਾਬ ਨਾ ਦੇਵੇ। ਫਸ਼ਕਲ ਕਬਰ, ਨਬੀ ਦੀ ਕਬਰ ਸੈਦਾਓ ਫਟ ਗਈ। ਕਮਰ ਤੱਕ ਰਸੂਲ ਬਹਿਰ ਆਇਆ, ਵਾਲਾਂ ਵਿੱਚ ਖਾਕ ਰਲੀ ਹੋਈ, ਧੀ ਦਾ ਮੂੰਹ ਚੁੰਮਕਿਆ ਤੇ ਹੱਕ ਨਹੀਂ ਮਿਲਾ, ਨਹੀਂ ਮਿਲਾ। ਗਵਾਹ ਨਿਨੇ ਮੰਨੇ, ਸਨਦ ਪਾੜ ਛੋੜੀ ਨੇ, ਦਲਾਇਲ ਨਿਨੇ ਮੰਨੇ। ਨਬੀ ਫਰਮਾਇਆ ਕਿਆਮਤ ਦੜੀ ਜੁਹਾਂਦਾ ਪੇ, ਮੈਂ ਜਾਣ ਤੇ ਇਹ ਜਾਣਨ, ਬੀਬੀਆ ਦੇ ਬਾਬਾ ਤੇਰੀ ਉਮਤ ਜਾਣੇ ਤੇ ਤੂੰ ਜਾਣ, ਮੈਂ ਕੋ ਇੱਕ ਦੁੱਖ ਨਾ ਭੁੱਲ ਤੇ ਤੂੰ ਜਾਣ, ਮੈਂ ਕੋ ਇੱਕ ਦੁੱਖ ਨਾ ਭੁੱਲ ਸੀਆ। ਬਤੂਲ ਉਹ ਕਿਹੜਾ ਅੱਖਾਂ 'ਚ ਜੁਮਲਾ, ਰੋਕਿਆ ਦੇ ਬਾਬਾ ਕਫਨ ਦੇ ਬੰਦਾਂ ਤੱਕ ਰੋਸਾਂ, ਕਬਰ ਦੀਆਂ ਕੰਧਾਂ ਤੱਕ ਰੋਸਾਂ। ਬਾਬਾ ਤਖ਼ਤ ਤੇ ਬਾਹਮਣ ਵਾਲਾ ਭਰੇ ਮਜਮੇ ਵਿੱਚ ਮੈਨੂੰ ਇਸ਼ਾਰਾ ਕਰਕੇ ਆਦਾ, ਬਤੂਲ ਮਸਲੇ ਤੂੰ ਭੁੱਲ ਗਈ। ਤੈਂ ਜੈ ਨਬੀ ਦੀ ਧੀ ਹੋਵਾਂ, ਯਾਰਾਂ ਇਮਾਮਾਂ ਦੀ ਮਾਂ ਹੋਵਾਂ, ਅਲੀ ਜੈ ਆਲਮ ਦੀ ਜ਼ੋ ਬਿਸਮਿਲ੍ਲਾ। ਅੱਲਾ ਜ਼ਿੰਦਗੀ ਕਰੇ, ਅੱਲਾ ਜ਼ਿੰਦਗੀ ਕਰੇ। ਬਈ ਕੋਈ ਫਾਸਲਾ ਤੇ ਨਾ ਹੀ ਨਾ, ਨਬੀ ਦੇ ਘਰ ਤੇ ਮਸਜਿਦ ਨਬਵੀ, ਇਹ ਮਸਜਿਦ ਆਈ, ਇਹ ਦੀਵਾਰ ਦੇ ਨਾਲ ਹੀ ਪਰੋਂ ਅਲੀ ਦਾ ਘਰ ਆਈ, ਦਰਵਾਜ਼ਾ ਮਸਜਿਦ ਦੇ ਵਿੱਚ ਖੁੱਲਦਾ ਆਈ। ਪਿਓ ਦੀ ਕਬਰ ਤੇ ਬੋਸਾ ਦੇ ਕੇ ਮੇਰੀ ਸ਼ਾਹਜ਼ਾਦੀ ਰੋਂਦੀ ਹੋਈ ਵਾਪਸ ਘਰ ਆਈ। 4 ਘੰਟੇ ਲੱਗ ਗਏ, ਹੈ ਕਰ ਛੁੜਾਏ 4 ਘੰਟੇ ਈ ਅਮਲ ਦੇ ਉੱਤੇ ਮੇਰੀ ਸ਼ਹਿਜ਼ਾਦੀ ਦੇ ਲੱਗ ਗਏ। ਦਿਨ ਨਪਾਕ ਬੀਬੀ ਦੇ, ਹਾਂ ਮੇਰੀ ਸੈਣ ਆਪਣੀ ਮਸਨਤ ਤੇ ਆ ਬੈਠੀ, ਗੁਰਬਤ ਸੁਣੀ, ਉਹ ਗੁਰਬਤ ਸੁਣ ਕੇ ਰੋਣ ਵਾਲਾ ਮਸਨਤ ਤੇ ਆ ਬੈਠੀ। ਮੇਰੇ ਆਕਾ ਹੁਸੈਨ ਦੇ ਹਿੱਸੇ ਦੀ ਭੈਣ, ਤੇਰੀ ਤੇ ਮੇਰੀ ਆਲੀਆ ਸੈਣ, ਸ਼ਾਮ ਦੀ ਮੁਸਾਫਰਾ ਦੌੜ ਕੇ ਆਈ, ਇਵੇਂ ਬੁਰਕੇ ਦਾ ਦਾਮਨ ਨਪ ਕੇ ਆ ਦੇ ਯਾ ਅਯਤ ਹਲ ਅਜੂਜ਼ਤੁਲ ਬਾਕੀਆ। ਓ ਰੋਵਣ ਵਾਲੀ ਜ਼ਈਫਾ ਬੀਬੀ, ਈ ਜਗ੍ਹਾ ਤੇ ਨਾ ਬਹਿ, ਮੇਰੀ ਮਾਂ ਬਤੂਲ ਦੀ ਮਸਨਦ ਏ। ਬੀਬੀਆਂ ਦੇ ਆਲੀਆ ਮੈਂ ਕੁਛ ਸੁਣਾਣ, ਮੈਂ ਤੇਰੀ ਮਾਂ ਬਤੂਲ ਆ। ਨਿੱਕੇ ਨਿੱਕੇ ਹੱਥ ਬਣ ਕੇ ਦੇ ਅੰਮਾ, ਭਾਵੇਂ ਤਾਂ ਖਾਲੀ ਵੱਲ ਆਈ, ਮੌਲਾ ਤੁਹਾਡੀ ਜ਼ਿੰਦਗੀ ਕਰੇ। ਉੱਚੀ ਰੁਨੀਏ ਭੇੜ ਹੁਸੈਨ ਦੀ, ਹਕਲ ਮਾਰ ਕੇ ਆਦੀ ਅੰਮਾ ਰੋਂਦੀ ਜੋ ਹੈ, ਕਿਆਮਤ ਦਾ ਦਿਨ ਕੋਈ ਨਹੀਂ ਹੈ। ਅੰਮਾ ਸਾਰੇ ਫੈਸਲੇ ਉੱਥੇ ਹੋਵੇ ਸਨ, ਔਖਾ ਜੁਮਲਾ ਇੱਥਾਂ ਹੀ ਮੁਕੈਂਦਾ ਪਿਆ, ਮੂੰਹ ਚੁਮਕਿਆ ਦੇ ਬਚੜਾ ਹੋ, ਹੱਕ ਨੇ ਦਿੱਤਾ ਕੋਈ ਅਰਮਾਨ ਨਹੀਂ। ਅੰਮਾ ਵੱਧ ਰੋਂਦੀ ਕਿਉਂ ਏ, ਆਵਾਜ਼ਾਂ ਦੇ ਭਰਾ ਹੁਸੈਨ ਨੂੰ ਛੱਡ, ਸੱਜੇ ਪਾਸੇ ਹੁਸੈਨ ਨੂੰ ਬੁਲਾਇਸ, ਖੱਬੇ ਪਾਸੇ ਧੀ ਨੂੰ ਬੁਲਾਇਸ, ਇੱਕ ਦਫ਼ਾ ਪੁੱਤਰ ਦਾ ਮੂੰਹ ਚੁੰਮੈਸ, ਵੱਤ ਧੀ ਦਾ ਸਰ ਚੁੰਮੈਸ, ਰੋ ਕੇ ਆਜੇ ਕਿਵੇਂ ਨਾ ਰੋਵਾਂ, ਇਹਦਾ ਕਤਲ ਲਿਖੀ ਗਿਆ ਤੇਰਾ ਦਰਬਾਰ ਬਾਲ ਬਿਸਮਿਲ੍ਲਾ। ਆਵਾਜ਼ਾਂ ਦਾ ਬਚੜਾ ਤੈ ਦਰਬਾਰਾ ਬਜ਼ਾਰਜ ਬਜੜਾ। ਇੱਕ ਮਿੰਟ ਮੇਰੇ ਦੇਖਾ, ਨਾਰਾਜ਼ ਨਾ ਹੋਣਾ, ਸਾਰਾ ਮਜ਼ਮੂਨ ਖਤਮ। ਅੰਮਾ ਮੈਂ ਸ਼ਰੀਫ ਤੇ ਗੈਰਤਮੰਦ ਬੈਠੇ ਹੋ, ਮੇਰੇ ਅਜ਼ੀਜ਼ ਦੀ ਮਿਹਨਤ ਕਬੂਲ ਹੋਵੇ। ਅੰਮਾ ਮੈਂ ਦਰਬਾਰ ਚ ਹੋਈ ਸੀ। ਅੱਲਾਹ ਅਕਬਰ, ਦੁਬਾਰਾ ਧੀ ਦਾ ਸਰ ਚੁੰਮਕਿਆ ਦੇ ਬਚੜਾ ਹੋ ਜੀ। ਅੰਮਾ ਮੇਰਾ ਮਕਾਮ ਬੁਲੰਦ ਆ ਤੇਰਾ ਮਕਾਮ,
अम्मा तू मोहम्मद दी धी है जरूर करनी है। मैं अली दी धीया मेरा बाबा तेरे बाबे दा गुलाम छड़वें दा बीबी आजे जे मैं दरबार बन सकदियां वा तू तू क्यों नहीं वेंदी। ऐसा जवाब हुसैन दी भैन दित्ता है सारे पाक मातम करन वाले हन निके निके हद मन किया दी अम्मा तू ता दरबार गई है तेरा सक्का भेरा को ओ साडा मामा होया ओ तेरा दरबार वंजन दा मुल पोया बीबिया दे भिरावा दे मार ना कर जी।